अस्सलाम वालेकुम दोस्तों, की हाल चाल ने जनाब। तुसी वेखदे पे अरशद अली टीवी ते मैं तुहाडा मेज़बान अरशद अली जोईया। ते जिवें कि जनाब तुहानू पता है कि मैं हर रोज़ कोशिश करना कि तुहाडे वास्ते जनाब नवीं तों नवीं वीडियो लैके आवां। ते अज भी मैं लैके आया, आ मेरे अगे जनाब दो मई खड़ोतियां ने, आ कैमरामैन साहब मैं नंबर एक तो जनाब शुरू करो। ये मैं जनाब सूई खड़ोती है, बाकी ये किनवा सुबह सूई है, ये मैं करांगा मालक नाल गल्लां। ते मगर इहदे मेरा ख्याल है कट्टी है, ते एक किन्ने दिनों की सूई है, तो किन्ना है जनाब दुध करती पई है, ये मैं कर लाँगा अपना भा नाल गल। तो इनू विखा उधरों की जाके ना मगरों की इनू अपना भा थोड़ा उरां कर दे, नुक्कर चकोरी इनू कोई डर डूर लगी जाता भी है। मैं आखिया भी टीके टुके चाई फिरते हैं, मगर लाओ जी कैमरामैन साहब सवार के तसली नाल इस झोटी दे। जनाब मैं तुसी वेख रहे जे मैं नंबर एक जनाब, ये जनाब ताज़ी सूई है, बाकी इहदा जनाब की हिसाब किताब है वो मैं कर लैना जनाब मालक नाल। तो तुसी विखाओ जी, तो भाजी तुसी उरा आयो। सलाम अलैकुम। वालेकुम सलाम। लो भाजी गल इदा जनाब भी ए जनाब जी मैं विखा रहा कैमरा मैन ने दसना भी किनवा सुबह सोई है। ये पहला सुबह सोई। अच्छा ये पहला सुबह सोई है, तो इन्दे मगर की भला? इन्दे मगर कट्टा। अच्छा इन्दे मगर एक कट्टा। तो इन सूई नू अज किन्ने दिन होए ने? अज तीसरा दिन। अच्छा इन अज तीसरा दिन सूई नू है, मगर इन्दे कट्टा है। तो यह हुण जिहड़ी आदर मौके बौली करदी पई वो किन्नी? ਅੱਧੇ ਵਿੱਚ 6 ਕਿਲੋ ਬੱਚਿਆਂ ਨੂੰ ਛਾੜਦਾ 6 ਲੀਟਰ ਸੁਬਹਾ ਸ਼ਾਮ ਦਾ। ਹਾਂਜੀ ਸੁਬਹਾ ਸ਼ਾਮ ਦਾ 6 ਲੀਟਰ ਇਹਦੇ ਹਿਰਦੇ ਉੱਤੇ। ਅਤੇ ਪਹਿਲਾਂ ਤੁਸੀਂ ਕਹਿ ਰਹੇ ਹੋ ਸੁਬਹਾ ਸੂਈਏ, ਇਹਦੇ ਹੁਣ ਜਨਾਬ ਜਿਹੜੇ ਫਾਈਨਲ ਜੇ ਆਪਾਂ ਪੈਸੇ ਜਿਹੜੇ ਲੈਣੇ ਨੇ ਉਹ ਕਿੰਨੇ ਨੇ? ਇਹਦਾ 2,10,000। 2,10,000 ਰੁਪਈਆ ਇਹਦਾ ਤੁਸੀਂ ਕਹਿ ਰਹੇ ਜੇ, ਇਹਦੇ ਵਿੱਚ ਕੋਈ ਪਿਆਰ ਮੁਹੱਬਤ ਵੀ ਆਪਾਂ ਪਾਵਾਂਗੇ? ਕਰ ਲਿਸ ਚਲੋ ਕਰ ਲੈਣਾ। ਅਤੇ ਆਹ ਕੈਮਰਾਮੈਨ ਸਾਹਿਬ ਮੈਂ ਨੰਬਰ ਜਨਾਬ ਦੋ ਵਿਖਾਓ। ਇਹ ਜਨਾਬ ਮੈਂ ਨੰਬਰ ਦੋ, ਇਸ ਮੈਂ ਦਾ ਜਨਾਬ ਕੀ ਹਿਸਾਬ ਕਿਤਾਬ ਹੈ, ਇਹ ਵੀ ਮੈਂ ਕਰ ਲੈਣਾ ਮਾਲਕ ਨਾਲ। ਇਹ ਵੀ ਜਨਾਬ ਸੂਈ ਹੋਈ ਹੈ, ਬਾਕੀ ਇਹ ਕਿਨਵਾ ਸੁਬਹਾ ਸੂਈ ਹੈ, ਕਿੰਨਾ ਦੁੱਧ ਕਰਦੀ ਪਈ ਹੈ ਉਹ ਵੀ ਕਰਨਾ ਜਨਾਬ ਮਾਲਕ ਨਾਲ। ਅਤੇ ਭਾਅ ਜੀ ਆਹ ਜਿਹੜੀ ਝੋਟੀ ਆਪਣੀ ਵਿਖਾਉਂਦਾ ਪਿਆ ਕੈਮਰੇ ਵਾਲਾ, ਇਹ ਕਿਨਵਾ ਸੁਬਹਾ ਸੂਈ ਹੁਣ? ਇਹ ਦੂਸਰਾ ਸੂਈ। ਅੱਛਾ ਇਹ ਦੂਸਰਾ ਸੁਬਹਾ ਸੂਈ ਹੈ, ਅਤੇ ਇਹਦੇ ਮਗਰ ਕੀ ਹੈ? ਇਹਦੇ ਮਗਰ ਹੀ ਕੱਟਾ। ਅੱਛਾ ਇਹਦੇ ਮਗਰ ਵੀ ਕੱਟਾ ਹੈ, ਅਤੇ ਇਹ ਦੁੱਧ ਕਿੰਨਾ ਕਰਦੀ ਪਈ ਅਤੇ ਕਿੰਨੇ ਦਿਨ ਹੋ ਗਏ ਸੂਈ ਨੂੰ? ਇਹਨੂੰ ਹੋ ਗਿਆ 8-10 ਦਿਨ ਸੂਈ ਨੂੰ। 12 ਲੀਟਰ ਇਸ ਦੋਵਾਂ ਟਾਈਮਾਂ ਦਾ। 12 ਲੀਟਰ ਇਹਦੇ ਹੇਠੇ ਦੁੱਧ ਕਿੰਨਾ ਥਣਾ 'ਚ? ਸਾਰਾ ਦੁੱਧ 12 ਲੀਟਰ ਸਮੇਤ ਕੱਟੇ, ਯਾਨੀ ਕਿ 12 ਲੀਟਰ ਹੈ। ਹਾਂਜੀ ਇੰਝ ਹੈ ਨਾ। ਹਾਂਜੀ ਠੀਕ ਹੋ ਗਿਆ। ਅਤੇ ਇਸ ਮੈਂ ਦਾ ਕੋਈ ਅੰਦਾਜ਼ਾ ਲਾ ਸਕਦਾ ਵੀ ਛਿਲੇ ਤੋਂ ਬਾਹਰ ਗਈ ਕਿੰਨਾ ਕਰੇਗੀ? ਉਹ ਐਵੇਂ ਨਾ ਆਖਦੇ ਵੀ 20-25 ਕਿਲੋ ਕਰੇਗੀ, ਜਿੰਨਾ ਕਰੇਗੀ 14 ਕਰ ਦਿਓ ਅਸੀਂ ਪੱਕਾ ਦੁੱਧ। ਅੱਛਾ 14 ਕਰ ਜਾਏਗੀ, ਠੀਕ ਹੋ ਗਿਆ ਜੀ। ਇਹਦੇ ਹੁਣ ਜਿਹੜੇ ਫਾਈਨਲ ਜੇ ਪੈਸੇ ਨੇ ਉਹ ਕਿੰਨੇ ਨੇ? ਇਹਦਾ 2,15,000। 2,15,000 ਇਹਦੇ ਵਿੱਚ ਪਿਆਰ ਮੁਹੱਬਤ ਆਪਾਂ ਪਾਵਣਾ? ਕਰ ਲਈ ਸਾਂ। ਚਲੋ ਠੀਕ ਹੋ ਗਿਆ। ਐਸ ਮੈਂ ਦਾ ਸਾਨੂੰ ਬੱਚਾ ਵਿਖਾ ਜਿਹੜੀ ਆ ਕੈਮਰੇ ਵਾਲਾ ਵਿਖਾਉਂਦਾ ਪਿਆ, ਉਹ ਬੋਲਾ ਕੱਟਾ ਜੀ ਇਸ ਮੈਂ ਦਾ ਕੈਮਰਾਮੈਨ ਸਾਹਿਬ ਉਹ ਵਿਖਾਓ। ਐ ਜਨਾਬ ਇਸ ਮੈਂ ਦਾ ਕੱਟਾ, ਇਹਨੂੰ 8 ਦਿਨ ਕਹਿੰਦੇ ਨੇ ਭਾਵ ਨਹੀਂ ਸੂਈ ਨੂੰ ਹੋਏਗਾ ਇਹਨੇ ਜਨਾਬ। ਅਤੇ ਇਹ ਹਾਜ਼ਰ ਮੌਕੇ ਦੁੱਧ ਕਰਦੀ ਪਈ ਹੈ, ਕਿੰਨਾ ਭਾਅ ਜੀ ਦੱਸਿਆ ਜੇ? 12 ਲੀਟਰ ਸਮੇਤ ਕੱਟੇ। ਅਤੇ ਬਾਕੀ ਜਿਹੜਾ ਹਿਸਾਬ ਕਿਤਾਬ ਹੈ ਉਹ ਤੁਹਾਡੇ ਸਾਹਮਣੇ ਹੈ ਜਨਾਬ। ਕੱਟਾ ਤੁਸੀਂ ਇਸ ਮੈਂ ਦਾ ਵੇਖ ਲਿਆ, ਆਓ ਵਿਖਾਓ ਜੀ ਕੱਟਾ ਮੈਂ ਨੰਬਰ ਇੱਕ ਦਾ। ਇਹ ਮੈਂ ਨੰਬਰ ਇੱਕ ਦਾ ਕੱਟਾ ਜਨਾਬ, ਅਤੇ ਨੰਬਰ ਹੈ ਮੇਰਾ 0372927728 0372927728। ਇਹ ਜਨਾਬ ਮੇਰੇ ਵਟਸਐਪ ਅਤੇ ਈਮੋ ਦਾ ਨੰਬਰ ਹੈ, ਇਸ ਨੰਬਰ 'ਤੇ ਜਨਾਬ ਤੁਸੀਂ ਕਰਨੀ ਹੈ ਕਾਲ। ਅਤੇ ਇਹ ਜਨਾਬ ਦੋਵੇਂ ਮਈ ਮੈਂ ਰੋਕਾਂਗਾ। ਉਮੀਦ ਕਰਾਂਗਾ ਜਨਾਬ ਕਿ ਅੱਜ ਵਾਲੀ ਵੀਡੀਓ ਤੁਹਾਨੂੰ ਪਸੰਦ ਆਵੇਗੀ। ਅਗਲੀ ਵੇਖਣ ਵਾਸਤੇ ਜਨਾਬ ਚੈਨਲ ਨੂੰ ਕਰੋ ਸਬਸਕ੍ਰਾਈਬ, ਅਤੇ ਬੈੱਲ ਆਈਕਾਨ ਦੇ ਬਟਨ 'ਤੇ ਮਾਰੋ ਹੱਥ, ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਪਹੁੰਚੇ ਅਤੇ ਤੁਸੀਂ ਉਹ ਵੀਡੀਓ ਵੇਖ ਲਵੋ। ਮਿਲਾਂਗੇ ਜਨਾਬ ਅਗਲੀ ਵੀਡੀਓ 'ਚ। ਅੱਲਾ ਹਾਫਿਜ਼। ਪਾਕਿਸਤਾਨ ਜ਼ਿੰਦਾਬਾਦ।